ਕੀ ਚੱਕੀ ਫਿਰਦੇ ਮੇਰੀ ਗੱਲ ਸੁਣੋ ਉਹ ਤਾਂ ਬੀ ਆ ਜਮੀਨ ਛੇਤੀ ਜੀ ਬੀ ਦੇਾਂਗੇ ਤੂੰ ਦੱਸ ਕੀ ਕਹਿਣੀ ਹੈ ਮੈਂ ਤਾਂ ਕੁਛ ਨਹੀਂ ਕਹਿਣੀ ਮੈਂ ਤਾਂ ਇਹ ਕਹਿਣੀ ਹੈ ਮਾਂ ਦਾ ਰਾਂ ਦਾ ਬੀਬੀ ਵਧਿਆ ਪਿਆ 10 ਗੋਲੀਆਂ ਦਿੱਤੀਆਂ ਹਜੇ ਤੱਕ ਲੋ ਨਹੀਂ ਹੋਇਆ ਉਹ ਇੰਨੀ ਵਧੀਆ ਦਵਾਈ ਲਿਆ ਕੇ ਦਿੱਤੀ ਆ ਉਹਨੂੰ ਹੁਣ ਕੀ ਪਤਾ ਕੀ ਹੋਇਆ ਪਿਆ ਫਿਰ ਯਾਰ ਉਹ ਦਵਾਈ ਦਾ ਨਹੀਂ ਕਸੂਰ ਕਸੂਰ ਤਾਂ ਸਾਰੇ ਬੰਟੂ ਵਰ ਗਏ ਆਂਦੇ ਨੇ ਸਾਰਾ ਦਿਨ ਨਹੀਂ ਬੋਲਣੋਂ ਹਟਦੇ ਹੈਗੇ ਕੀ ਕਹਤਾ ਉਹਨੇ ਹੁਣ ਐ ਪੁੱਛੋ ਵੀ ਕਿਹਾ ਕੀ ਨਹੀਂ ਹੈਗਾ 5000 ਰੁਪਇਆ ਦਿੰਦਾ ਸੀ ਉਹ ਵੀ ਕਹਿੰਦਾ ਮੈਂ ਤਾਂ ਦਿੰਦਾ ਨਹੀਂ ਐਤਕੀ ਉਹ ਫਿਰ ਪਹਿਲਾਂ ਦੇਖ ਕੇ ਪੰਗਾ ਲੈ ਲੈਂਦਾ ਹੁਣ ਆਪਾਂ ਕੀ ਕਰੀਏ ਫਿਰ ਇਸ ਗੱਲ 'ਚ ਐ ਨਹੀਂ ਨਾ ਫਿਰ ਕੋਈ ਸੋਚਦਾ ਤੈਨੂੰ ਪਤਾ ਬਾਕੀ ਉਹ ਲੱਗੀ ਹੋਈ ਐ ਸੂਸਨੀ ਜੀ ਵਾਂਗਰ ਸਾਰਾ ਦਿਨ ਉਹ ਉਹਨੂੰ ਉੱਥੇ ਚੱਕਾਂ ਦੇਈ ਜਾਂਦੀ ਐ ਤੇ ਉਧਰੋਂ ਉਹ ਜਿਹਾ ਬੰਟੂ ਆ ਅਖੇ ਮੇਰੀਆਂ ਤਾਂ ਕਿਸ਼ਤਾਂ ਵੱਧ ਗਈਆਂ ਜੀ ਚਲ ਤੂੰ ਨਾ ਬੋਲ ਐਵੇਂ ਤੇਰੇ ਨਾਲ ਪਿੱਛੋਂ ਲੜਾਈ ਕਰ ਲੈਣਗੇ ਉਹ ਮੇਰੇ ਨਾਲ ਲੜਾਈ ਕਰਕੇ ਤਾਂ ਕੀ ਕਰਨਗੇ ਫਿਰ ਉਹੀ ਗੱਲ ਮਾਂ ਦੀ ਟੈਨਸ਼ਨ ਤਾਂ ਮੈਨੂੰ ਹੁੰਦੀ ਉਹ ਤਾਂ ਮਹਾਰਾਣੀ ਆਪਦਾ ਮਲਾ ਕੇ ਸੁਰਕੀ ਬਿੰਦੀ ਕਹਿੰਦੀ ਐ ਕੋਈ ਨਹੀਂ ਮੈਂ ਤਾਂ ਪਈਆਂ ਗਈ ਅੰਦਰ ਫਿਰ ਉਹਦਾ ਹੁਣ ਬੀਪੀ ਇੰਨਾ ਵਧਿਆ ਪਿਆ ਕਿ ਦੱਸ ਕੀ ਕਰੂਗਾ ਕੋਈ ਚਲ ਕੋਈ ਨਹੀਂ ਬੰਟੂ ਨੂੰ ਮੈਂ ਕਹਿ ਦਿੰਨਾ ਹੋਰ ਹੁਣ ਕਹਿ ਦਿਓ ਕਹਿ ਐ ਕਾਹਨੂੰ ਕਰ ਦਾਂਗਾ ਹੁਣ ਫਿਰ ਹੁਣ ਤੇਰੀ ਤਨਖਾਹ ਆਉਂਦੀ ਐ ਤੂੰ ਹੀ ਚਲਾਏਂਗਾ ਘਰ ਅਸੀਂ ਵਾਹ ਕਿੱਥੋਂ ਲਿਆਉਂਗਾ ਚਲ ਕੋਈ ਨਹੀਂ ਉਸ ਨੂੰ ਦੇਣੇ ਪੈਣਗੇ ਫਿਕਰ ਨਾ ਕਰ ਤੂੰ ਤੂੰ ਤਾਂ ਹੁਣ ਰਹਿ ਗਿਆ ਸੀ ਖੇਤੀ ਜੋਗਾ ਵੱਡਾ ਬਣਦਾਗਾ ਪਲਾਟ ਖਰੀਦਣ ਵਾਲਾ ਬੰਦੇ ਨੂੰ ਆਪਦੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ ਉਹੀ ਨਹੀਂ ਵੀ ਅੱਡੀਆਂ ਚੱਕ ਕੇ ਫਾਹੇ ਲਈ ਜਾਓ ਮੰਮੀ ਨਹੀਂ ਦਿੰਦੀ ਹੈਗੀ ਓ ਯਾਰ ਮੰਮੀ ਪਏ ਆ ਹਲੇ ਤੱਕ ਕਿ ਮੇਰਾ ਸਿਰ ਦੁਖਦਾ ਬਹਾਨਾ ਮਾਰ ਕੇ ਪੈ ਜਾਂਦੀ ਹੁੰਦੀ ਆ ਕੀ ਹੋਣਾ ਉਹਨੂੰ ਹੀ ਪਈ ਆ ਬਸ ਉਹ ਤਾਂ ਮੈਨੂੰ ਵੀ ਪਤਾ ਕੁਛ ਨਹੀਂ ਹੋਇਆ ਆ 5000 ਹੱਥ ਤੇ ਫੜਾਤਾ ਨਾ ਛਾਲ ਮਾਰ ਕੇ ਖੜੀ ਰਹੂਗੀ ਹੁਣ ਚੰਗਾ ਚੰਗਾ ਰਹਿਣ ਦਿਓ ਕਿ 5000 ਫੜਾਤਾ ਨਾਲ ਤਾਂ ਤੁਸੀਂ ਕਹਿੰਦੇ ਸੀ ਆਪਾਂ ਕਿਸ਼ਤਾਂ ਭਰਨੀਆਂ ਨਾਲੇ ਕਿ 5000 ਫੜਾਤਾ ਆਏ ਨਾ ਪੈਸੇ ਫੜਾ ਦੇ ਉਹ ਕਹਿਣ ਦੀ ਗੱਲ ਆ ਹੁਣ ਮੇਰੇ ਵੀ ਖਰਚੇ ਨੇ ਮੈਂ ਗਾਹ ਬਾਰੇ ਸੋਚਣਾ ਮੈਂ ਕਿੱਥੋਂ 5000 ਦੇ ਦਾਂ ਆਪੇ ਉੱਠ ਖੜੂਗੀ ਕਿਧਰੇ ਨਹੀਂ ਉਹਦੇ ਗੋਲੀ ਵੱਜੀ ਉਹ ਤੂੰ ਨਾ ਬੋਲ ਮੰਮੀ ਨੂੰ ਐ ਚੱਲ ਨਹੀਂ ਬੋਲਦੀ ਜੀ ਦੇਖੋ ਮੇਰੀ ਗੱਲ ਸੁਣੋ ਠੀਕ ਹੈ ਨਾ ਡੈਡੀ ਜੀ ਆਪ ਹੈਗੇ ਵੀਰ ਜੀ ਹੈਗੇ ਰਾਜ ਉਹ ਦੇ ਦੇਣਗੇ ਪੈਸੇ ਆਪਾਂ ਕਿਉਂ ਦੇਈਏ ਆਪਾਂ ਆਪਦੇ ਵੀ ਖਰਚੇ ਦੇਖਣੇ ਆ ਨਾਲੇ ਆਪਣੇ ਕੱਲਿਆਂ ਨਾਲ ਨਹੀਂ ਘਰੇ ਕੰਮ ਮੁੱਕ ਜੂਗੀ ਵੀ ਆਪਾਂ ਜੇ ਉਹਨਾਂ ਦੇ ਰੋਟੀਆਂ ਖਾਵਾਂਗੇ ਬੰਟੂ ਹਾਂ ਬਈ ਆਇਆ ਬਈਆ ਬਈ ਕੀ ਕਰੀ ਜਾਂਦੇ ਸੀ ਵਿੱਚ ਚਾਹ ਲੈ ਕੇ ਕੁਛ ਨਹੀਂ ਬਸ ਚਾਹ ਨਹੀਂ ਪੀਣੀ ਹੱਟਿਆ ਸੀ ਬਈ ਚਾਹ ਨਹੀਂ ਪੀਣੀ ਮੈਂ ਅੱਛਾ ਮੈਂ ਤਾਂ ਐ ਕਹਿੰਦਾ ਸੀ ਬਈ ਤੈਨੂੰ ਹਾਂ ਬਈ ਵੀ ਮਾਂ ਨੂੰ ਤੂੰ ਪੈਸੇ ਦੇ ਦਿੰਦਾ ਉਹ ਬਿਮਾਰ ਹੋਈ ਪਈ ਹੈਗੀ ਉਹਨੇ ਘਰ ਦਾ ਵੀ ਖਰਚਾ ਸਾਰਾ ਚਲਾਉਣਾ ਹੁੰਦਾ ਬਈ ਉਹ ਬਈ ਹੁਣ ਮੈਂ ਇਕੱਲੇ ਦੇ ਸਾਰੇ ਤਾਂ ਨਹੀਂ ਹੈਗਾ ਘਰ ਦਾ ਖਰਚਾ ਚਲਾਉਣਾ ਹੁਣ ਤੈਨੂੰ ਵੀ ਪਤਾ ਵੀ ਮੈਂ ਪਲਾਟ ਖਰੀਦ ਲਿਆ ਉਹਦੀ ਵੀ ਕਿਸ਼ਤ ਹੋ ਗਈ ਆ ਉਹਦੇ ਵੀ ਖਰਚੇ ਆ ਗਾਹ ਜਵਾਕ ਬਾਰੇ ਵੀ ਸੋਚਣਾ ਮੈਂ ਕਿੱਥੇ ਕਿੱਥੇ ਮੈਂ ਪੈਸੇ ਦੇਈ ਜਾਵਾਂ ਚਲੋ ਤਾਂ ਠੀਕ ਹੈ ਬਈ ਆਪਦਾ ਸਾਰੇ ਹੀ ਸੋਚਦੇ ਹੁੰਦੇ ਨੇ ਪਰ ਫਿਰ ਵੀ ਚੱਲ ਤੂੰ ਪਹਿਲੇ ਦਿਨੋਂ ਦਿੰਦਾ ਆਉਣਾ ਪੈਸੇ ਤਾਂ ਤੇਰਾ ਹੱਕ ਬਣਦਾ ਹੁਣ ਦੇਣ ਦਾ ਤੈਨੂੰ ਪਤਾ ਫਸਲ ਦਾ 6 ਮਹੀਨੇ ਬਾਅਦ ਆਉਂਦੀ ਹੈ ਬਈ ਨਹੀਂ ਮਈ ਕੁਛ ਨਾ ਕੁਛ ਕਰ ਦਿੰਦਾ ਉਹ ਬਈ ਫਿਰ ਤੇਰੀਆਂ ਤਾਂ ਉਹੀ ਗੱਲਾਂ ਹੋ ਗਈਆਂ ਨਾ ਹੁਣ ਤੂੰ ਤਾਂ 6 ਮਹੀਨੇ ਬਾਅਦ ਪਤਾ ਨਹੀਂ 10 ਦਿਨ ਕਿ 5 ਦਿਨ ਦਾ ਮੈਨੂੰ ਤਾਂ ਉਹ ਵੀ ਨਹੀਂ ਪਤਾ ਹੈਗਾ ਇੱਥੇ ਚੜੇ ਮਹੀਨੇ ਮੇਰੇ ਤੇ ਆ ਕੇ ਚਾਰੇ ਚੱਕ ਕੇ ਬਹਿ ਜਾਣੋ ਬਈ ਹੁਣ ਮੈਥੋਂ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਹੈਗਾ ਬਈ ਬਣ ਕੇ ਤੂੰ ਆਪਦਾ ਖਰਚਾ ਚਲਾ ਨਾ ਚਲਾ ਕਰਦਾ ਮੈਨੂੰ ਕੋਈ ਪਤਾ ਨਹੀਂਗਾ ਮੇਰੇ ਤਾਂ ਆਪਦੇ ਖਰਚੇ ਇੰਨੇ ਹੋਏ ਪਏ ਦੱਸ ਮੈਂ ਕਿੱਥੋਂ ਦੇਣਾ ਪੈਸੇ ਬਈ ਮੈਂ ਤਾਂ ਸਾਰੇ ਪੈਸੇ ਘਰੇ ਲਿਆ ਕੇ ਫੜਾਉਣਾ ਜਿਹੜੀ ਵੀ ਕੋਈ ਆਮਦਨ ਹੁੰਦੀ ਹੈ ਦੱਸ ਮੈਂ ਕਿਹੜਾ ਕਿਤੇ ਬਾਹਰ ਲੈ ਜਾਣਾ ਤੇ ਮੈਂ ਕਿਹੜਾ ਬਾਹਰ ਸਿੱਟ ਕੇ ਆਉਣਾ ਪਹਿਲਾਂ ਮਾਂ ਦੇ ਨਾਲ ਤੇ ਪਲਾਟ ਦਿੱਤਾ ਹੁਣ ਪਲਾਟ ਦਿੱਤਾ ਇੰਨੀਆਂ ਕਿਸ਼ਤਾਂ ਨੇ ਘਰ ਦੇ ਖਰਚੇ ਚਲਾਉਂਦੇ ਸੀ ਮਾੜਾ ਮੋਟਾ ਤੂੰ ਵੀ ਹੁਣ ਚਲਾਉਣ ਲੱਗ ਜਾ ਘਰ ਨੂੰ ਚੱਲ ਕੋਈ ਨਹੀਂ ਬਈ ਗੁੱਸਾ ਨਾ ਕਰ ਚੱਲ ਚੱਲਦਾ ਯਾਰ ਮੈਂ ਤਾਂ ਪਤਾ ਅੰਦਰੋਂ ਹੀ ਗੁੱਸਾ ਆ ਜਾਂਦਾ ਮਾੜੀ ਜੀ ਗੱਲ ਪਿੱਛੇ ਮੈਂ ਤਾਂ ਤੈਨੂੰ ਐਂ ਕਿਹਾ ਵੀ ਕੋਈ ਨਹੀਂ ਕਿਵੇਂ ਸਿਰ ਜਾ ਬੰਨੀ ਪਈ ਹੁਣ ਮੇਰਾ ਤਾਂ ਬਲੱਡ ਵਾਲਾ ਵਧਿਆ ਪਿਆਗਾ ਮੈਨੂੰ ਕੋਈ ਪੁੱਛਦਾ ਮੇਰੀ ਇਸ ਘਰ ਦੇ ਵਿੱਚ ਕੋਈ ਪੁੱਛ ਦੱਸ ਆਈ ਨਹੀਂ ਉਹ ਤੋਂ ਪੈਸੇ ਮੰਗੇ ਉਹ ਜਵਾਬ ਦੇ ਗਿਆ ਤੈਨੂੰ ਕਹਿੰਦੀ ਹੈ ਤੂੰ ਨਹੀਂ ਮੇਰੀ ਗੱਲ ਸੁਣਦਾ ਮੇਰੀ ਗੱਲ ਸੁਣ ਲੈ ਭਗਵਾਨ ਨੇ ਮੈਨੂੰ ਵਿੱਚ ਜਮਨਾ ਫੜ ਗਾਲ ਦੇ ਮੈਂ ਤਾਂ 10000 ਰੁਪਇਆ ਤੈਨੂੰ ਚੜੇ ਵੀ ਨਹੀਂ ਦੇ ਦੇਣਾ ਮੇਰੇ ਬਣੀ ਉਹਦਾ ਜੇਬ 'ਚ ਪਾ ਮੇਰੇ ਬਣੀ ਉਹ ਖਾ ਮੇਰੇ ਬਣੀ ਉਹ ਕੁਛ ਕਰ ਤੇ ਤੋਂ ਮੁੜ ਕੇ ਹਿਸਾਬ ਨਹੀਂ ਮੰਗਿਆ ਨਾ ਠਿਆਨੀ ਅੱਜ ਨਾ ਸਵੇਰੇ ਤੋਂ ਬਾਅਦ ਮੈਨੂੰ ਕੌਣ ਪੁੱਛਦਾ ਹੈਗਾ ਹੈਂ ਐਵੇਂ ਮਾਰੀਆਂ ਮਾਰੀਆਂ ਗੱਲਾਂ ਲੈ ਕੇ ਬਹਿ ਜਾਂਦੇ ਫਿਰ ਕਿਉਂ ਗਿਆ ਦੂਜੇ ਮਹੀਨੇ ਵੱਧ ਦੇ ਦੂ ਆਪੇ ਉਹ ਐਵੇਂ ਮਾਰੀ ਜਾਂ ਗੱਲਾਂ ਦੇ ਬੰਨ ਕੇ ਸਿਰ ਪੈ ਜੂਗੀ ਲਾ ਕੇ ਢੰਗ ਉਹ ਤਾਂ ਚਿੱਟਾ ਜਵਾਬ ਦੇ ਗਿਆ ਕਹਿੰਦਾ ਮੇਰੇ ਕਹਿੰਦਾ ਕਿਸ਼ਤਾਂ ਬਾਲੀਆਂ ਨਾ ਮੈਂ ਨਹੀਂ ਦਿੰਦਾ ਕਿਵੇਂ ਦੇ ਗਿਆ ਚਿੱਟਾ ਜਵਾਬ ਰਾਜ ਨੂੰ ਕਹਿੰਦਾ ਸੱਦਾ ਵੱਧ ਕੇ ਪੁੱਛੋ ਮੇਰੀ ਗੱਲ ਸੁਣ ਉਹਨਾਂ ਮੈਂ ਕਿਹਾ ਸੀਗਾ ਬੰਟੂ ਨੂੰ ਹੁਣ ਉਹ ਕਹਿੰਦਾ ਮੇਰੇ ਤਾਂ ਹੱਥ ਖੜੇ ਨੇ ਭਾਈ ਮੈਂ ਤਾਂ ਨਾ ਪੈਸੇ ਮੇਰੇ ਕੋਲ ਤਾਂ ਠੈਨੀ ਨਹੀਂ ਹੈਗੀ ਕਹਿੰਦਾ ਬਾਪੂ ਮੈਂ ਤਾਂ ਤੈਨੂੰ ਐਂ ਕਹਿੰਦਾ ਦੇਖ ਤੂੰ ਐਤਕੀ ਤੂੰ ਦੇ 5000 ਰੁਪਇਆ ਮੇਰੀ ਗੱਲ ਸੁਣ ਮੈਂ ਤਾਂ 5-7 ਦੇ ਦੱਸ ਦਿਆਂ ਇਹ ਤਾਂ ਉਸ ਗੱਲ ਨੂੰ ਲੈ ਕੇ ਬਹਿ ਜਾਣਗੇ ਮੁੜ ਕੇ ਰੋਜ਼ ਕਿਵੇਂ ਹੋਇਆ ਕਰੋ ਤੇ ਫਿਰ ਮੈਂ ਤੈਨੂੰ ਸਫੇ ਰੱਖ ਕੇ ਬਾਪੂ ਤੂੰ ਆ ਕੀ ਬਿੱਟਾ ਬਿੱਟਾ ਉਹ ਚੱਲ ਐਤਕੀ ਫਿਰ ਹੁਣ ਆਪਾਂ ਕੇ ਮੇਜ਼ ਤਾਂ ਨਵੇੜ ਨਾ 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 ਇਹੋ ਜੀ ਗੱਲ ਨਾ ਮੈਂ ਉਸ ਹੁਣ ਪਾਵਾਂ ਨਾ ਮੈਂ ਸਵੇਰੇ ਪਾਵਾਂ ਨਾ ਮੈਨੂੰ ਕਹੀਂ ਭਰਾਵਾ ਮੈਨੂੰ ਕੌਣ ਪੁੱਛਦਾ ਹੈਗਾ ਚੱਲ ਕੋਈ ਨਹੀਂ ਮਾਂ ਫਿਕਰ ਨਾ ਕਰ ਤੈਨੂੰ ਮੈਂ ਲਿਆ ਕੇ ਦੇ ਦੂ 5000 ਰੁਪਇਆ ਤੂੰ ਪਰ ਸਹੀ ਹੋ ਜਾ ਚੰਗਾ ਪੁੱਤ ਹਾਂ
मारता पकाई समझ नहीं आती बुढ़ी जी पैसा पैसा करी जाती है हो ही की जाता है समझ तो बहर हो जाता है अगे चंगा भला वो जवाक 10 रुपये दिता सी जिदन का ब्याह गया वो भी रथ जबरान हो गए हूँ च खर्चा तुर गए कि देर तोरा गए बद खर्चा 10,000 रुपये चंगा भले दे जाने हूँ बुढ़ी धन्य गा मेरे पैसा तो है ना हूँ राज कुछ कहने जोग रहा राज को बेचारे को माड़ा मोटा 10 रुपये कमाई करता है वो चाह घोड़ चो होर काम खर्च हो जाता है इन्ना हूँ फूंगी कि नहीं गया फसल की कि नरमा मर गया कि कुछ हो गया उधर आ ही नहीं लुटन की कहानी चलो सोचने की बनता है मैं सोचता सगा भी ये इको चूल्हा चली जाए तो कुछ ना कुछ जवाक का बन जूगा वो चज का ट्रैक्टर मशीनरी ले लूगा पुराने संदा ना मत्था मारी जाता है चलो मनो देख दे की बनता है आलो मम्मी चाह पी लो चाह तो नहीं मिल पी दी मेरे तो बड़ा घबराहट हो जाता है दिल जकर ही जाता चाह कितने लंघती जाएगी तेन पता है तो एक ओने लहू पी लिया दिंदे नहीं कहना मैं पैसे चल कोई गल नहीं मम्मी फिर एडा कानू चित दुखी किया गा आप ही दे दू एक दो दिन तेन पता एक दो दिन करता हों आप ही ठीक हो जू नीति जी मैं इस वास्ते पढ़ाया सी ओनू नौकरी लवाया भी मैनू मुड़ के पैसे ना दे एडा चंबल गया चल कोई नहीं मम्मी जी फिर हूँ करिए की कोई हल ही नहीं जे मैं बोल दी थोन पता मैं भज के पै जाता गा हूँ गाग नहीं कह सकती गागन भाई तू कह दिया कर उन्हू कह के आओ मम्मी मारन वाला किया दीदी मैं तो उन्होंने कहा कि चल घट दे दो पैसे भी पैसे तो सारी गल आ गई चुप करके बह जा चुगलियां तो तू ही कर दी वो को उस तू ही सिखाई भी पैसे ना दे मम्मी ऐतकी चल कोई नहीं मम्मी ए कसूर है गा तू कह दी गागन उन्होंने कह मम्मी पैसे दे दे तेनों पता गा फिर मम्मी भी की करे सारे खर्चे तो मम्मी ही पता गा ना की लिया की करना गा मेरी गल सुन ला हाँ जी चुप करके जा तो उन्होंने कह दी भी मम्मी पैसे दे दी नहीं मेथों बुरा ना आपदे अड हो जाओ नहीं मम्मी जी एडी गल कहते कहने कोई ना दीदी मैं अच्छा आऊंगी ना शाम को मैं कह दूंगी भी कोई गल नहीं जिन्ने के है दे दो जिन्नी तुसी किस्त भर लियो वक्री गल है ना तेरा मन कह जरूर दे राज बेचारा की करे वो कितों लिया के दे भी मैनू पैसे वो तो आड़तियां तो ही फड़ूगा ना वो तो फिर आड़तियां तो फड़ूगा वो कड़ा नौकरी है भी जी महीने की महीने आऊगी हूँ ये को नौकरी इन थां कह दें भी चल कोई नहीं आपका खर्चा भाई रल मिल के हो ही जाता है ऐ तो प्यो भी दें बेचारा खर्चा हूँ घर के खर्चे इन्ने बढ़ गए खाने वाले तो आप 18 जी हो गए वो तो आप 10,000 दे के चुप कर जाता गा मम्मी बापू ते ना तू वादू एवं ओ कर दी 10,000 बेचारा दे दिंदा गा होर दस की करे उन्हें आपका खर्चा भी देखना ही हैगा तो घट पी लिया करे चल वो तो लड़ाई मुल लैना तुम चुप करके चाह की घुट पियो कोई नहीं सैट हो जाऊंगे लै मम्मी बैठ के पी ला पी ला ना ना मेरा मेरा कहीं पी ला पी ला मामा मेरा जी नहीं करता कोई नहीं पी ला मेरा तो बाल ही दिल घबराई जाता कोई नहीं सर दब दिनी है मैं पैजी दबा सर हां चाह पी लो पहले मम्मी तुम पी ला चाह की पी ला फिर चुप ही कर जाने चल कोई नहीं तू कर काम मैं आनी ठीक है आ गई मैं चल कोई नहीं मम्मी पी ला घुट चाह दी पी ला मैं सर दब दी हूँ मिठिया मार दी है ना चल कोई नहीं मम्मी की कहिए जो आपका सिक्का खोटा होवे दूजे नूं की कह लैंगे जो आपके पुत नहीं अखे लगता तो इनू की कहना गा उन्हू चाहिए सी मैं मां पैसे दे दा चल पढ़ लो दो घुटा चाह दी गल सुनो चाह पी लो आ गए सी असी आ गया बह जाओ तुसी 2 मिंट कोई नहीं जी असीं बैठे हां कदों मर्जी आ जाओ दीदी वीर जी केड़ा हजे आउंदे तुसी मेरी गल सुनो हां हां तू सुना गल मैं तां ना मम्मी बारे कहंदी सी देखी मम्मी ने सानू पटक देने कहता कि अड हो जाओ लै कोई गल होई भवां दी तुहानू पता तां हैगा फिर मम्मी दे सुभाअ दा मम्मी दा सुभाअ कहे जे गल सुभाअ दी नहीं उहनू तां फिर पैसे चीज जरूरी होगी हरेक लई इह तां नहीं वी धी पुत्त भी कोई एवें तां रखदे हुंदे आ
ਇਹ ਗੱਲਾਂ ਆਪਾਂ ਤਾਂ ਸਮਝਦੇ ਆ, ਮੰਮੀ ਨਹੀਂ ਨਾ ਸਮਝਦੀ। ਹੋਰ ਕੋਈ ਚੀਜ਼ ਹੁੰਦੀ ਤਾਂ ਠੀਕ ਸੀ, ਇੱਕ ਬੰਟੂ ਨੇ ਕਾਇਆ ਦਿੱਤਾ ਵੀ ਭਾਈ ਮੈਂ ਪੈਸੇ ਦੇ ਨਹੀਂ ਸਕਦਾ। ਦੀਦੀ ਉਹਨਾਂ ਨੇ ਜਵਾਬ ਨਹੀਂ ਦਿੱਤਾ, ਐਤਕੀ ਕਿਸ਼ਤ ਭਰਨੀ ਸੀ ਤਾਂ ਕਰਕੇ ਕਹਿਤਾ ਵੀ ਅਗਲੇ ਮਹੀਨੇ ਦੇ ਦੇਣਗੇ। ਵੀ ਬੰਦਾ ਮੇਰੇ 'ਚ ਤਾਂ ਨਾ ਕਸੂਰ ਕਵੇ, ਮੈਨੂੰ ਕਹਿੰਦੇ ਵੀ ਤੂੰ ਸਿਖਾਉਣੀ ਆਇਆ ਕਰਦੀ ਆ, ਮੈਂ ਤੁਹਾਡੇ ਕਰਕੇ ਚੁੱਪ ਕਰ ਜਾਂਦੀ ਹਾਂ। ਉਹ ਫਿਰ ਕੀ ਕਹੀਏ, ਹੁਣ ਵੱਡਾ ਬੰਦਾ ਗਾ ਜੇ ਬੋਲਦੇ ਆ ਤਾਂ ਵੀ ਭੈੜਾ ਲੱਗਦਾ ਗਾ, ਹੈ ਨਾ। ਅਗਲਾ ਕਹਿੰਦਾ ਇਹਨਾਂ ਦੇ ਲੋਕ ਤਮਾਸਾ ਹੋਈ ਜਾਂਦਾ, ਕਿੱਥੇ ਤਾਂ ਲੋਕ ਇਹ ਗੱਲਾਂ ਕਰਦੇ ਨੇ ਵੀ ਇਹ ਤਿੰਨੇ ਨੂੰ ਸੱਸ ਸਹੇਲੀਆਂ ਵਾਂਗੂ ਰਹਿੰਦੀਆਂ ਨੇਗੀਆਂ, ਜਦੋਂ ਆਪਣੇ ਘਰੇ ਐਂ ਝੱਜੂ ਪਊਗਾ ਲੋਕਾਂ ਦਾ ਹਾਸਾ ਹੋ ਜੂਗਾ। ਗੱਲ ਸਹੇਲੀਆਂ ਵਰਗੀ ਦੀ ਨਹੀਂ, ਇਕੱਲਾ ਇਹ ਨਹੀਂ ਵੀ ਸੁਰਖੀ ਪਾਊਡਰ ਨੂੰ ਚੱਕ ਲਓ ਵੀ ਮੂਹਰੇ ਕਰ ਦਿਓ, ਵੀ ਇਕੱਲਾ ਸਹੇਲਪਣਾ ਲੋਕਾਂ ਨੂੰ ਦਿਖਾਵਾ ਕਰ ਦਿਓ, ਘਰੇ ਵੀ ਏਕਾ ਹੋਣਾ ਚਾਹੀਦਾ। ਮੈਨੂੰ ਤਾਂ ਆਪਣੇ ਘਰੇ ਫਿਰਦੀ ਆਪਦੇ ਆਪ, ਮੈਨੂੰ ਤਾਂ ਐਂ ਲੱਗਦਾ ਵੀ ਇਹ ਬਗਾਨਾ ਘਰ ਆ, ਹਰੇਕ ਚੀਜ਼ ਨੂੰ ਜਿੰਦਾ ਲਾਉਂਦੇ ਆ, ਚਾਬੀਆਂ ਆਪਦੇ ਕੋਲ ਜਿੰਦਾ ਲਾਉਂਦੇ, ਲਵਾਰੀਆਂ ਨੂੰ ਤਾਂ ਜਿੰਦਾ। ਵੀ ਦੱਸ ਅਸੀਂ ਬਗਾਨੀਆਂ ਤਾਂ ਹੈਗੀਆਂ, ਸਾਨੂੰ ਅਹਿਸਾਸ ਤਾਂ ਨਾ ਕਰਾ। ਓਹੋ ਜੇ ਕਾਮਲੀਏ ਕਹਿੰਦੇ ਹੁੰਦੇ ਆ ਪੇਕੇ ਘਰੇ ਵਾਲੀ ਐਸ ਸਹੁਰੇ ਘਰੇ ਮਿਲ ਜੇ, ਫਿਰ ਕੌਣ ਕਹੇ ਸਹੁਰੇ ਪੇਕਿਆਂ ਦੇ ਵਿੱਚ ਫਰਕ। ਦੀਦੀ ਤੁਸੀਂ ਤਾਂ ਜਮੇ ਨਹੀਂ ਬੋਲਦੇ, ਮੈਥੋਂ ਪਹਿਲਾਂ ਦੇ ਆਏ ਹੋ ਦੇਖ ਲਓ, ਪਤਾ ਨਹੀਂ ਕਿਵੇਂ ਸਬਰ ਕਰਕੇ ਚੁੱਪ ਬੱਟੀ ਰੱਖਦੇ ਹੋ। ਮੈਨੂੰ ਐਂ ਹੁੰਦਾ ਵੀ ਰੱਬ ਦਾ ਨਾ ਹੀ ਚੰਗਾ, ਮੈਂ ਨਹੀਂ ਚੰਗੀ ਚੁੰਗੀ, ਮੈਂ ਤਾਂ ਬੋਲ ਹੀ ਪਵਾਂ। ਉਹ ਬੋਲ ਤਾਂ ਪਉਂਦੀ ਆ ਗਏ। ਹਾਂ ਹਾਂ ਲੈ ਪੀ ਲੋ। ਮਾਂ ਕਿਵੇਂ ਸੀ ਹੁਣ? ਠੀਕ ਹੈ, ਮਾਂ ਤਾਂ ਹੁਣ ਤਾਂ ਵਾਵਾ ਜੀ ਸੀਗੀ। ਫਰਕ ਪਿਆ ਕਿ ਨਹੀਂ ਪਿਆ? ਬਸ ਫਰਕ ਤਾਂ ਤੁਹਾਨੂੰ ਪਤਾ ਹੀ ਹੈਗਾ, ਹੁਣ ਉਹਨੂੰ ਹੌਲੀ ਹੌਲੀ ਪਊਗਾ। ਮੈਂ ਤਾਂ ਐਂ ਕਹਿੰਦੀ ਸੀ ਵੀਰ ਜੀ, ਤੁਸੀਂ ਮੰਮੀ ਨੂੰ ਥੋੜ੍ਹਾ ਜਿਹਾ ਕਹਿ ਦਿਆ ਕਰੋ ਨਾ, ਮੰਮੀ ਮੈਨੂੰ ਵੀ ਮਾੜਾ ਚੰਗਾ ਕਹਿਣ ਲੱਗ ਜਾਂਦੇ ਵੀ ਤੂੰ ਸਿਖਾਉਣੀ ਆ, ਸੱਚੀ ਮੈਂ ਨਹੀਂ ਸਿਖਾਉਂਦੀ ਹੁੰਦੀ। ਓਏ ਉਹ ਤਾਂ ਗੱਲ ਠੀਕ ਹੈ ਭਾਈ, ਕਹਿੰਦੇ ਤਾਂ ਬਥੇਰੇ ਆ ਉਹ, ਪਰ ਐਤਕੀ ਇਹਨੇ ਬੰਟੂ ਨੇ ਇਹ ਗੱਲ ਕਰਤੀ ਐਵੇਂ ਬਿਨਾਂ ਮਤਲਬ ਤੋਂ ਪੈਸੇ ਦੇਣ ਦਾ, ਪਰ ਇਹ ਕਿੱਡੀ ਇੱਕ ਗੱਲ ਸੀਗੀ, ਉਹ ਵੀ ਐਵੇਂ ਜਵਾਕਾਂ ਵਾਲੀਆਂ ਗੱਲਾਂ ਲੈ ਕੇ ਬਹਿ ਜਾਂਦਾ। ਫਿਰ ਹੋਰ ਉਹਨਾਂ ਨੂੰ ਕਿਹੜਾ ਪਤਾ ਸੀ ਵੀ ਐਂ ਕਲੇਸ਼ ਪੈ ਜੂ, ਆਪ ਤਾਂ ਚੱਲ ਜਾਂਦੇ ਆ, ਸਾਰਾ ਮੇਰੇ ਦੋਸ ਆ ਜਾਂਦੀ ਹੈ ਗੱਲਬਾਤ। ਹੋਰ ਫਿਰ ਜਿਹੜਾ ਘਰੇ ਹੁੰਦਾ ਉਸੇ ਨੂੰ ਕਹਿਣਾ ਹੁੰਦਾ ਭਾਈ ਦੂਜਿਆਂ ਨੇ ਤਾਂ ਫਿਰ। ਚੱਲ ਕੋਈ ਨਹੀਂ, ਕਹਿਣਾ ਹੁੰਦਾ ਤਾਂ ਹੈਗਾ ਗਾ ਕਲੇਸ਼, ਮੰਮੀ ਵੀ ਫਿਰ ਸਾਰਾ ਦਿਨ ਦੂਜੇ ਬੰਦੇ ਨੂੰ ਤੁੰਨੀ ਜਾਊਗੀ, ਮਾੜਾ ਜਿਹਾ ਕਹਿ ਦਿਆ ਕਰੋ ਭਾਈ ਪੈਸੇ ਆ ਫਿਰ ਕਿਤੋਂ ਲਿਆ ਕੇ ਦੇ ਦਿਓ ਤੁਸੀਂ। ਓਏ ਉਹਨੂੰ ਕਹਿੰਦਾ ਮੈਂ ਐਂ ਕਹਿੰਦਾ ਵੀ ਚੰਗੀ ਗੱਲ ਹੈ, ਉਹ ਵੀ ਤੈਨੂੰ ਪਤਾ ਫਿਰ ਐਵੇਂ ਬਿਨਾਂ ਮਤਲਬ ਤੋਂ ਸਾਰਾ ਦਿਨ ਪੈਸੇ ਪੈਸੇ ਕਰੀ ਜਾਊਗੀ, ਵੀ ਜਦੋਂ ਵਧੀਆ ਘਰ ਚੱਲੀ ਜਾਂਦਾ ਆਪਣਾ, ਵਧੀਆ ਐਸ਼ ਦੀ ਜ਼ਿੰਦਗੀ ਜਿਉਂਦੇ ਆ, ਤਾਂ ਹੋਰ ਕੀ ਚਾਹੀਦਾ ਬੰਦੇ ਨੂੰ। ਹਾਂ ਐਤਕੀ ਘੱਟ ਪੈਸਿਆਂ ਨਾਲ ਹੋ ਜੂਗਾ ਗੁਜ਼ਾਰਾ, ਕਿਹੜਾ ਉੱਥੇ ਆਪਾਂ ਰੋਜ਼ ਹੀ ਕਾਜੂ ਬਦਾਮ ਖਾਂਦੇ ਆ। ਚਾਹ ਨੂੰ ਤਾਂ ਜਿੰਦਾ ਲਾਈ ਰੱਖਦੀ ਆ ਮੰਮੀ। ਸਹੀ ਗੱਲ ਹੈ, ਐਵੇਂ ਬਿਨਾਂ ਮਤਲਬ ਦੀਆਂ ਗੱਲਾਂ ਨੇ। ਚੱਲ ਛੱਡੋ ਪਰੇ, ਚਾਹ ਪੀ ਲਓ। ਪੀ ਲਓ ਪੀ ਲਓ ਤੁਸੀਂ ਚਾਹ, ਅਸੀਂ ਤਾਂ ਪੀ ਕੇ ਆਏ। ਛੁੱਟੀਆਂ ਕਦੋਂ ਮਿਲਣਗੀਆਂ ਤੈਨੂੰ ਹੁਣ? ਨਾਲੇ ਮੇਰੇ ਨਾਲ ਗੱਲ ਕਰਾ ਦੇ। ਅੱਛਾ ਅੱਛਾ, ਹਾਂ ਹਾਂ ਲੈ ਕੇ ਜਾਵਾਂਗੇ ਤੈਨੂੰ। ਲੈ ਕੋਈ ਗੱਲ ਨਹੀਂ, ਤੇਰੀ ਮਾਂ ਵੀ ਮੇਰੇ ਕੋਲ ਹੀ ਬੈਠੀ ਹੈ। ਚੱਲ ਕੋਈ ਨਹੀਂ ਪੁੱਤ, ਧਿਆਨ ਨਾਲ ਪੜਿਆ ਕਰ ਚੰਗਾ। ਹਾਂ ਹਾਂ ਲੈ ਕਰ ਲਾ ਗੱਲ ਤੇਰੀ ਮਾਂ ਨਾਲ, ਕਦੋਂ ਦੀ ਕਹੀ ਜਾਂਦੀ ਹੈ ਇਹ, ਮੇਰੇ ਨਾਲ ਗੱਲ ਕਰਾ ਦੇ। ਲੈ ਕਰ ਲਾ ਕਰ ਲਾ। ਹੈਲੋ, ਹਾਂ ਪੁੱਤ ਕਿਵੇਂ ਆ? ਸਤਿ ਸ਼੍ਰੀ ਅਕਾਲ, ਹੋਰ ਕਿਵੇਂ, ਠੀਕ ਆ ਤੂੰ? ਠੀਕ ਹੈ ਠੀਕ ਹੈ, ਹੋਰ ਖਾ ਪੀ ਲੈ ਇੰਨਾ ਟਾਈਮ ਸਿਰ? ਹਾਂ ਹਾਂ ਉਹ ਤਾਂ ਪੁੱਤ ਠੀਕ ਹੈ, ਪੜ੍ਹਾਈ ਆਪਦੀ ਜਗ੍ਹਾ, ਖਾਣਾ ਪੀਣਾ ਆਪਦੀ ਜਗ੍ਹਾ। ਅੱਛਾ ਅੱਛਾ, ਫੀਸ? ਕੋਈ ਨਹੀਂ ਕੋਈ ਨਹੀਂ, ਉਹ ਤਾਂ ਭਰ ਦੇਣਗੇ ਤੇਰੇ ਪਾਪਾ, ਕੋਈ ਨਹੀਂ। ਫਿਰ ਤੇਰੇ ਪਾਪਾ ਨੂੰ ਨਹੀਂ ਕਿਹਾ? ਅੱਛਾ ਅੱਛਾ, ਕੋਈ ਨਹੀਂ ਪੁੱਤ, 10 ਦਿਨ ਤਾਂ ਬਹੁਤ ਨੇ, ਭਰ ਦਾਂਗੇ ਭਰ ਦਾਂਗੇ। ਠੀਕ ਹੈ, ਕਦੋਂ ਆਉਣਾ ਫਿਰ? ਚੰਗਾ ਚੰਗਾ ਪੁੱਤ, ਫਿਰ ਠੀਕ ਹੈ ਚੰਗਾ। ਕੀ ਕਹਿੰਦਾ ਸੀ, ਫੀਸ ਨੂੰ ਕਹਿੰਦਾ ਸੀ? ਫੀਸ ਨੂੰ ਕਹਿੰਦਾ ਸੀ, ਕਹਿੰਦਾ ਕਿ 10 ਦਿਨਾਂ ਦੇ ਵਿੱਚ ਭਰਨੀ ਹੈਗੀ। ਹੋਰ ਯਾਰ ਐਤਕੀ ਤਾਂ ਲੇਟ ਹੀ ਹੋ ਗਈ। ਹੋਰ ਮੰਮੀ ਨੂੰ ਪੁੱਛਿਆ? ਕਾਹਨੂੰ ਪੁੱਛਿਆ ਜੀ, ਕੋਈ ਨਹੀਂ, ਊਂ ਤਾਂ ਉਹਨਾਂ ਨੂੰ ਆਪ ਨੂੰ ਵੀ ਪਤਾ ਹੀ ਹੈਗਾ। ਸਹੀ ਗੱਲ ਆ, ਹੁਣ ਮੰਮੀ ਫੀਸ ਪਿੱਛੇ ਭਰ ਦੂ, ਫਿਰ ਸਾਲ ਸੁਣਾਈ ਜਾਊਗੀ, ਫੀਸ ਨਹੀਂ ਲੋਟ ਆਉਂਦੀ, ਫੀਸ ਨਹੀਂ ਲੋਟ ਆਉਂਦੀ। ਚੱਲ ਕੋਈ ਨਹੀਂ, ਕਰਾਂਗੇ ਕੋਈ ਹੱਲ, ਅਤੇ ਮੇਰੀ ਗੱਲ ਸੁਣ। ਚੱਲ ਚੰਗਾ, ਤੁਸੀਂ ਕਰ ਲਿਓ ਘਰ ਦਾ ਕੰਮ, ਮੈਂ ਤਾਂ ਜਾਂਦਾ ਭਾਈ। ਹਾਂ ਹਾਂ ਕਰਦੇ ਆ ਕੰਮ, ਕੋਈ ਨਹੀਂ, ਚਲੋ ਖੇਤ ਬਾਗ ਜੋ ਚੱਲ ਤੁਸੀਂ। ਹਾਂ ਚੱਲ ਠੀਕ ਹੈ, ਚੰਗਾ ਚੰਗਾ ਚੰਗਾ। ਗਾਵਨ ਕੀ ਕਰੀ ਜਾਂਦੀ ਆ? ਆ ਗਈ ਮੈਂ ਤਾਂ। ਕੀ ਕਰੀ ਜਾਂਦੀ ਸੀ? ਕੀ ਕਰਨਾ ਸੀ, ਮੈਂ ਤਾਂ ਬੰਟੂ ਦਾ ਟਿਫਨ ਪੈਕ ਕਰੀ ਜਾਂਦੀ ਸੀ। ਅੱਛਾ ਅੱਛਾ, ਕਰਤਾ? ਹਾਂ ਦੀਦੀ ਉਹ ਤਾਂ ਮੈਂ ਕਰਤਾ। ਮੈਂ ਤਾਂ ਐਂ ਕਹਿੰਦੀ ਸੀ, ਮੈਂ ਕਿਹਾ ਉਹ ਕੂੜਾ ਸੈਟ ਲਈਏ। ਕੋਈ ਨਾ ਸੈਟ ਲੈਣਾ ਦੀਦੀ, ਮੈਂ ਉਹਨਾਂ ਨੂੰ ਤਾਂ ਤੋਰਦਾ। ਹਾਂ ਭੇਜ ਦੇ ਚੱਲ ਬੰਟੂ ਨੂੰ, ਮੈਨੂੰ ਤਾਂ ਐਂ ਸੀਗਾ ਵੀ ਵਗ ਗਿਆ ਹੋਊਗਾ। ਫੋਨ ਕਿਹਦਾ ਆ ਰਿਹਾ ਸੀ ਤੁਸੀਂ ਗੱਲਾਂ ਕਰੀ ਜਾਂਦੇ? ਫੋਨ ਤਾਂ ਹਰਸ਼ ਦਾ ਆਇਆ ਪਿਆ ਸੀਗਾ, ਉਹ ਕਹਿੰਦਾ ਮੰਮੀ ਫੀਸ ਭਰ ਦਿਓ। ਅੱਛਾ ਅੱਛਾ, ਹੋਰ ਫੀਸ ਦਾ ਤੈਨੂੰ ਪਤਾ ਹੁਣ ਪੇਪਰ ਆ ਗਏ ਨਾ।
चलो कोई गल नहीं, बच्चा ने जो कहना होंगे है ना कहना ही होंगे, टीचर टिकाहो कर देंगे है ना। हाँ चल कोई ना दीदी, मैं इन्हें तोरना। हाँ हाँ भेज दे चल, ला चल इन्ने माए लगा काम दे लवे है ना, ये तो हजे बंटू तोर की लगूंगी। मैं थोड़े को आँदी सी मम्मी। हाँ दस पुत्र, मैं कहनी सी हर्ष का फोन आया सी कहना फीस भरनी हैगी, थोड़ा जाना पेगा दो दिन तक। कोई नहीं मैं बंटू पैसा तो पुछदी हाँ तो बग जूंगी फीस भर आऊंगी। तो तुम इतें ही हथ पले जो मारी जानी हो, कद इधर बढ़ गया कद इधर बढ़ गया, सारा काम पे गा दोपहर चढ़ा लें कानू मम्मी तड़की ब्लड बढ़ा लें बस, काम ती लग रही थी मैं तो थोड़ा दसन आ गई सी बस। चल कोई नहीं, वो तो जो काम कर दिया कर दिया, तू कर काम चल इधर ला। हाँ कर दी हाँ। गगन लिया दे रोटी लेट हुई है ना मैं। हाँ जी हाँ जी आ गई, टिकू सा मैं पैक करता सी, मैं ना उधर जीने की गल सुन लग गई, उन्हें मेरी आवाज मारती सी। की कहती सी? उन्हें तो की कहना सी, हर्ष का फोन आ रहा सीगा, वो कहंदे भी फीस भर जवा के यही गल करी जांदी सी, देखो हुण मम्मी सोनू टोकूगी जांदे नूं कि पैसे दे दे। ओ मैनू नहीं टोकदी, 6 महीने पहला हो गए मैं 1 रुपया नहीं दिता, मैथों नहीं मांगदे पैसे ओ। अके मैथों नहीं मांगदे कोई गल नहीं, जे मंगे भी उन्हें पता गा फिर उही ड्राबा जिहा मार दिंदे, हो जाओ अड्ड ऐतकी सीधे हो जाओ, मैं तो माड़ी बज्जी पी आ ठीक है, मैं तो बोल दूं, मेरे तो ना बर्दाश्त तों गल बाहर होई पई आ। फिर ओ कोई ना, अड्ड दा ड्रावा दिंदे आ, अड्ड हो जांगे, कर लैना मैं गल आपी जाके मम्मी नाल। होर जम्मे कोई होर अते पाले कोई होर, असी की करके फीसां भरनू, असी की करके राशन, हरेक गल सानू सुनांदे, सोडे मगर मैनू कह दिया भी तू सिखाउणी तू सिखाउणी, अज तक तां मैं नहीं सिखाया सी, हुण नहीं मैथों बोलवा हो रहा जांदा चुप। कोई गल नहीं, जे अज अड्ड दा गया ना मैं कही दूंगा भी अड्ड ही कर दो। चलो मैं भी बाहर ही काम करदी। हो गया पुत्त तैयार? हां मां। पहला मेरी गल सुन के जा। दस मां, हर्ष दा फोन आया सीगा, ਉਹਦੀ ਫੀਸ ਭਰਨੀ ਆ, ਫੀਸ ਪਿੱਛੇ ਕੀਤਾ ਸੀ ਫੋਨ, 10-15 ਹਜ਼ਾਰ ਰੁਪਇਆ ਤੂੰ ਦੇ, ਕੁਛ ਤੇਰੇ ਪਿਓ ਤੋਂ ਲੈ ਲੂੰਗੀ, ਉਹਦੀ ਫੀਸ ਭਰ ਕੇ ਆਉਣੀ ਆ। ਮਾਂ ਫਿਰ ਭਰ ਦੇਣ ਫੀਸ, ਜਿਨ੍ਹਾਂ ਦਾ ਜਵਾਕ ਉਹ ਭਰ ਦੇਣਾ, ਹੁਣ ਮੇਰੇ ਕੋਲ ਪੈਸੇ ਕਿੱਥੋਂ ਆ ਦੱਸ? ਲੈ ਪੁੱਤ ਤੂੰ ਤਾਂ ਚਿੱਟਾ ਹੀ ਜਵਾਬ ਦੇਤਾ। ਉਹ ਫਿਰ ਚਿੱਟਾ ਜਵਾਬ ਹੀ ਦੇਣਾ, ਹੁਣ ਉੱਥੇ ਆ ਉਹਦੀ ਫੀਸ ਭਰਨ ਨੂੰ ਪੈਸੇ ਚਾਹੀਦੇ, ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ। ਨਾ ਉਹ ਜਵਾਕ ਤੇਰਾ ਕੁਛ ਲੱਗਦਾ ਨਹੀਂ। ਉਹ ਲੱਗਦਾ ਫਿਰ ਸਾਰੀ ਜ਼ਿੰਮੇਵਾਰੀਆਂ ਮੇਰੀਆਂ ਤਾਂ ਨਹੀਂ ਹੈਗੀਆਂ, ਉਹਦੇ ਘਰ ਉਹਦੇ ਪਿਓ ਨੂੰ ਵੀ ਕੁਛ ਦਿਸਦਾ ਨਹੀਂ। ਪਿਓ ਨੇ ਵੀ ਤਾਂ ਘਰ 'ਚ ਹੀ ਲਿਆਉਣੇ ਨਾ, ਉਹ ਕਿਹੜਾ ਕਿਤੇ ਲੈ ਜਾਂਦਾ ਗਾ, ਤੇਰੀ ਤਨਖਾਹ ਆਉਂਦੀ ਹੈਗੀ, ਤੂੰ ਕੁਛ ਵੀ ਦਿੱਤਾ ਮੈਨੂੰ। ਮੇਰੇ ਕੋਲ 1 ਰੁਪਿਆ ਨਹੀਂ ਹੈਗਾ। 6 ਮਹੀਨੇ ਹੋ ਗਏ ਤੈਨੂੰ, ਮੁੜ ਕੇ ਪੈਸਾ ਨਹੀਂ ਦਿੱਤਾ? ਉਹ ਆਪਦੇ ਖਰਚੇ ਹੀ ਬਥੇਰੇ ਨੇ ਮੇਰੇ। ਲੈ ਹੱਦ ਹੋ ਗਈ, ਅੱਗੇ ਤੂੰ 5,000 ਰੁਪਇਆ ਦਿੰਦਾ ਸੀ, ਹੁਣ ਕਈ ਮਹੀਨਿਆਂ ਦਾ ਜੋੜ ਲੈ, ਪੈਸੇ ਦੇ ਸਿੱਧਾ ਹੋ ਕੇ, ਨਹੀਂ ਅੱਡ ਹੋ ਜਾ। ਮੈਂ ਤਾਂ ਅੱਡ ਹੀ ਹੋ ਜਾਊਂਗਾ, ਪਰ ਮੇਰੇ ਕੋਲ 1 ਰੁਪਿਆ ਨਹੀਂ ਹੈਗਾ। ਤੇਰੇ ਹੋ ਜਾ ਅੱਡ, ਜਾ ਹੋ ਜਾਣਾ ਕੋਈ ਨਾ। ਮੰਮੀ ਤੁਸੀਂ ਇਹੀ ਡਰਾਬਾ ਬਾਅਦ 'ਚ ਦੇਣਾ ਸੀ, ਜਦੋਂ ਇਹ ਚੱਲ ਜਾਣੇ ਸੀ ਉਦੋਂ ਵੀ ਤੁਸੀਂ ਇਹੀ ਗੱਲ ਕਹਿਣੀ ਸੀ ਵੀ ਤੂੰ ਸਿਖਾਉਣੀ ਅੱਡ ਹੋ ਜਾ, ਜੇ ਤੁਹਾਨੂੰ ਐਡੇ ਸ਼ੌਂਕ ਆ ਨਾ ਸਾਨੂੰ ਤਾਂ ਅੱਡ ਹੀ ਕਰ ਦਿਓ ਦੋਨਾਂ। ਮਾਰੇ ਦਾ ਥਾਪੜਾ ਮੂੰਹ ਪਾਸੇ ਕਰ ਦੂੰਗੀ, ਹੋ ਜਾ। ਇਹਦਾ ਕਸੂਰ ਨਹੀਂ, ਵਿੱਚ ਕਾਹਤੋਂ ਬੋਲਦੀ ਆ? ਬੋਲਦੀ ਜਦੋਂ ਤੁਸੀਂ ਦੁਖੀ ਕਰੋਗੇ ਅਗਲੀ ਬੋਲੂਗੀ, ਬੋਲਣ ਦਾ ਤੁਸੀਂ ਲਾਈ ਆ ਇਹਨੂੰ। ਗੱਲ ਆਪਣੇ ਮਾਂ ਪੁੱਤਾਂ ਦੀ, ਇਹੀ ਤੈਨੂੰ ਚੱਕ ਦਿੰਦੀ ਆ। ਦਿੰਦੀ ਆ ਚੱਕ, ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ, ਸਾਨੂੰ ਕੱਲ ਅੱਜ ਅੱਡ ਕਰਦੇ, ਅੱਜ ਕਰ ਦੋ, ਤੁਸੀਂ ਅੱਡ ਹੀ ਹੋ ਜਾਓ। ਠੀਕ ਆ, ਕੋਈ ਨਾ ਹੋ ਜਾਗੇ, ਨਹੀਂ ਪੈਸਾ ਦੇਣਾ ਤਾਂ ਹੱਦ ਕਰਤੀ ਤੁਸੀਂ। ਬਾਂਟੂ ਤੇਰੇ ਵਾਲੀ ਜਮੀ ਸੰਗ ਸਰਮ ਲਈ ਪਈ ਹੈਗੀ, ਤੂੰ ਮਾਂ ਨੂੰ ਕਿਵੇਂ ਬੋਲੀ ਜਾਂਦਾ, ਚੱਲ ਤੇਰਾ ਉਦੋਂ ਹੱਥ ਤੰਗ ਸੀ, ਮੁੜ ਕੇ ਤੈਨੂੰ ਕਿਸੇ ਨੇ ਪੈਸਿਆਂ ਨੂੰ ਨਹੀਂ ਕਿਹਾ, ਫਿਰ ਐਂ ਤਾਂ ਘਰ ਦੇ ਖਰਚੇ ਉਹੀ ਚੱਕੀ ਜਾਂਦਾ, ਸਾਰਾ ਦਿਨ ਖੇਤ 'ਚ ਮਿੱਟੀ ਨਾ ਮਿੱਟੀ ਉਹ ਹੋਈ ਜਾਂਦਾ ਗਾ, ਉਹ ਕਿਹੜਾ ਕੋਈ ਲਹਿਦੀ ਕਾਜੂ ਬਦਾਮ ਖਾਂਦਾ ਗਾ। ਤੁਸੀਂ ਦੱਸ, ਤੇਰੇ ਮੈਨੂੰ ਐਂ ਨਹੀਂ ਸਮਝ ਆਉਂਦੀ, ਰੋਟੀ ਆ ਸਾਰੀ ਉਹਦੇ ਸਿਰ 'ਤੇ ਖਾਂਦੇ ਹੋ, ਫਿਰ ਦੱਸ ਤੂੰ ਕਿੱਥੇ ਖਰਚੇ ਕਰਦਾ, ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੇਰਾ ਖਰਚਾ ਕੀ ਹੈ। ਉਹ ਫਿਰ ਮੈਂ ਦੂਜਿਆਂ ਜਵਾਕਾਂ ਦਾ ਠੇਕਾ ਤਾਂ ਨਹੀਂ ਚੱਕਿਆ, ਉਹਨਾਂ ਨੇ ਕਿਹਾ ਭਰਨ ਨੂੰ। ਆਹ ਤੂੰ ਦੂਜੇ ਕਿੱਥੋਂ ਕਰਨ ਲੱਗ ਗਿਆ, ਅਸੀਂ ਤਾਂ ਤੈਨੂੰ ਕਦੇ ਦੂਜਿਆਂ ਨਹੀਂ ਸਮਝਿਆ। ਹੈਂ, ਉਹ ਤੇਰਾ ਕੁਛ ਲੱਗਦਾ ਨਹੀਂ, ਤੇਰਾ ਭਤੀਜਾ ਹੈਗਾ। ਮੇਰਾ ਤਾਂ ਕੋਈ ਕੁਛ ਨਹੀਂ ਲੱਗਦਾ, ਅੱਡ ਕਰ ਦਿਓ ਮੈਨੂੰ ਬਸ। ਜਦੋਂ ਕੱਲ ਨੂੰ ਤੇਰੇ ਹੋਏ ਉਦੋਂ ਲੱਗੂ ਪਤਾ। ਲੈ ਉਹ ਬਾਪੂ ਵੀ ਆ ਗਿਆ, ਲੱਗ ਜੂਗਾ ਪਤਾ, ਸਾਰਾ ਕੁਛ ਬਾਪੂ ਨੂੰ ਵੀ ਸੁਣ ਲੈਣ ਦੇ। ਅੱਡ ਹੀ ਹੋ ਜਾਂਦੇ ਇਹਨਾਂ ਨੂੰ। ਕੀ ਹੋ ਗਿਆ? ਹੋ ਕੀ ਗਿਆ, ਪੈਸੇ ਮੰਗੇ, ਮੁੰਡੇ ਦੀ ਫੀਸ ਭਰਨੀ ਸੀ, ਕਹਿੰਦਾ ਮੇਰੇ ਕੋਲ ਨਹੀਂ ਹੈਗੇ, ਕਹਿੰਦਾ ਸਾਨੂੰ ਤਾਂ ਅੱਡ ਹੀ ਕਰ ਦਿਓ ਬਗਾ ਹੋ ਜਾਓ। ਬੰਟੂ ਯਾਰ, ਇਹ ਤਾਂ ਗੱਲ ਫਿਰ ਤੇਰੀ ਮਾਂ ਦੀ ਵੀ ਸਹੀ ਆ, ਪਹਿਲਾਂ ਮੈਂ ਤੇਰੀ ਮਾਂ ਨੂੰ ਝਿੜਕਦਾ ਹੁੰਦਾ ਹਰ ਗੱਲ 'ਤੇ, ਪਰ ਜੇ ਉਹਨੇ ਸਹੀ ਗੱਲ ਕਹੀ ਹੈ ਤੇਰੀ ਤਾਂ ਗੱਲ ਸਹੀ ਹੈ, ਉਹਨਾਂ ਕੋਲ ਤੂੰ ਕਰ ਚੱਲ, ਬਾਕੀ ਕੋ ਮੈਂ ਕਰ ਦੂੰ ਆਪੇ। ਮੇਰੇ ਕੋਲ ਤਾਂ ਕੁਛ ਨਹੀਂ, ਜਿਹਨੇ ਭਰਨੀ ਆ ਭਰ ਦਿਓ, ਫੀਸ ਜਾ ਕੇ ਉਹਦੀ 1 ਰੁਪਿਆ ਨਹੀਂ ਹੈਗਾ ਬਾਪੂ ਮੇਰੇ ਕੋਲ ਤਾਂ। ਕਾਕਾ ਜੀ ਗੱਲ ਸੁਣ ਲੈ ਮੇਰੀ, ਇੱਕ ਜੇ ਘਰ 'ਚ ਰਹਿਣਾ ਤਾਂ ਦੇਣੇ ਪੈਣਗੇ ਪੈਸੇ, ਅਤੇ ਨਹੀਂ ਉਹ ਪਿਆ ਪਾਸੇ ਦੇ ਗੱਲ ਮਕਾਨ ਚੁੱਲ੍ਹਾ ਚੌਧਰਾ ਬਣਾਓ ਅਤੇ ਰੋਟੀ ਪਕਾਓ। ਬਸ ਕੋਈ ਨਾ, ਬਸ ਅੱਡ ਹੀ ਹੋ ਜਾਂਦੇ ਆ, ਮੂੰਹ ਖਰਾਬ ਕਰਤਾ ਸਾਰਾ, ਜਾਂਦਾ ਹੀ ਨਹੀਂ ਕੰਮ ਤੇ ਅੱਜ। ਹਾਂ ਚੱਲ ਤੂੰ ਵੀ ਆ, ਇਹਨਾਂ ਦਾ ਇੱਕ ਦਿਨ ਇਹੀ ਕੰਮ ਹੋਊਗਾ, ਚੁੱਪ ਕਰਕੇ ਜਿਹੜੇ ਦੋ ਭਾਂਡੇ ਨਾ ਲੋਕਾਂ ਤੋਂ, ਇਹਦਾ ਕਹੀਂ ਵੀ ਇਹਨੂੰ ਭਾਂਡੇ ਨਹੀਂ ਕੋਈ ਦਿੱਤਾ, ਉਹ ਦੇ ਅਤੇ ਇਹਨੂੰ ਬਹਾਦ ਕਰਕੇ, ਇਹਨੂੰ ਪਤਾ ਲੱਗੂ ਵੀ ਰੋਟੀ ਕਿਵੇਂ ਬਣਾਉਣੀ, ਫੇਰ ਹੀ ਲੱਗੂ ਇਹਨੂੰ ਪਤਾ। ਹਾਂ ਕਿਆ ਬਣੇ ਹੋਏ, ਮੂਡ ਖਰਾਬ ਕਰਕੇ ਧਰਤਾ, ਅੱਡ ਕਰ ਦਾਂਗੇ, ਕਰ ਦਿਓ ਅੱਡ। ਇਹਨਾਂ ਦਾ ਦਿਮਾਗ ਹੀ ਫੇਰ ਸੈੱਟ ਹੋਊਗਾ, ਦੇਖ ਵਧੀਆ ਜਾਂਦੇ ਸੀ ਨਾ।
हुण तां अड्ड हो के ही रहूंगा मैं। ओ जी मेरी गल सुनो, आए भी नहीं अड्ड हुंदे। ओ तेरे दिमाग नूं होया की मैं लगदा थपड़े तूं भाल दी है पहलां। ओदा मैनूं की अड्ड होणा, अड्ड होणा हुण कहिंदी अड्ड ही नहीं होणा हैगा। नहीं जी तुसी मेरी गल सुनो, मैं तां अपने फायदे वास्ते कहिंदी वी आपां अड्ड नहीं हुंदे। देख लो सारियां टूमां तां मम्मी कोले पईआं ते आह इधरली कोठी आ, तां इहनां कोले हर्ष दे नाल वा देणगे, अपने पल्ले की रहूगा, उधर अड्ड कर देणगे बाहरले घरे। कोई ना कर देण दे, अड्ड ही होऊंगा मैं तां हुण। मेरी गल ना ध्यान नाल सुन लो, तुसी देखो किस्तां भरियां जांदियां, 20,000 आपां नूं बचदा, अपना रसोई दा खर्चा, घर दा खर्चा, अपने खर्चे वध जाणगे। हुण आपां जिहड़ा 20,000 जोड़ लैंदे आ, इह वी नहीं जुड़ना। तेरी मम्मी दा की आ, कोई गल नहीं, अड्ड अड्ड कहता जिहड़ा कहता, दे के 10,000 रुपये चुप करा दो। मैनूं नहीं लगदा हुण चुप होजूगी, इन्ना कलेश कर लिया बनाऊंगा किवें दस्सूं नूं मैं। कलेश तां कर लिया, तुहाडी मम्मी किहदी यार, पैसे दी आ, दे के 5,000 रुपया, मम्मी तुहाडे नाल दी, चक पट देणे मन जो तां। ਉਹ ਯਾਰ ਕੀ ਮੰਨ ਜੂਗੀ, ਉਹਦਾ ਤੂੰ ਕਹਿੰਦੀ ਪੈਸੇ ਦੇਣੇ ਨਹੀਂ ਹੈਗੇ, ਹੁਣ ਕਹਿੰਦੀ ਆ ਦੇ ਵੀ ਦੇ। ਹਾਏ ਮੇਰਿਆ ਰੱਬਾ, ਸੋਨੂੰ ਕੌਣ ਸਮਝਾਵੇ, ਹੁਣ ਮੈਂ ਪਿਆਰ ਨਾਲ ਤਾਂ ਦੱਸਤਾ ਵੀ ਸਾਰਾ ਕੁਛ ਮੰਮੀ ਕੋਲ ਆ, ਦੇ ਕੇ 5,000 ਰੁਪਇਆ ਬਣਾ ਲਓ। ਆਪਾਂ ਕਿਹੜਾ ਆਏ ਮਹੀਨੇ ਦੇਣ ਲੱਗਿਆ, ਕਦੇ 2-3 ਮਹੀਨਿਆਂ ਤੋਂ ਦੇਤਾ, ਕਦੇ 2,000 ਕਦੇ 3,000, ਮੰਮੀ ਠੰਡੀ ਚੱਕ। ਚੱਲ ਫਿਰ ਹੈ ਕਰ ਲੈਣਾ, ਦੇ ਕੇ ਦੇਖ ਲੈਣਾ ਕੀ ਮੰਨੀ ਜਾਵੇ। ਇਕੱਠ 'ਚ ਰਹਿ ਕੇ ਨਾ ਕੁਛ ਜੋੜ ਲਾਂਗੇ, ਨਾਲੇ ਟੁੰਮਾ ਆਪਦੇ ਹੱਥ 'ਚ ਕਰ ਲਾਂਗੇ ਹੌਲੀ ਹੌਲੀ, ਜਿਵੇਂ ਪਲਾਟ ਲੈ ਲਿਆ, ਠੀਕ ਆ ਨਾ। ਅਸੀਂ ਆਪਾਂ ਕੋਠੀ 'ਤੇ ਕਬਜ਼ਾ ਕਰ ਲਾਂਗੇ, ਫਿਰ ਗੱਲ ਬਣੂ, ਫਿਰ ਹੋ ਜਾਓ ਅੱਡ, ਹੁਣ ਵਿੱਚ ਹੀ ਰਹੋ, ਉਹਨਾਂ ਨੂੰ ਠੰਡੇ ਪਾ ਲਓ। ਸੱਚ ਉਹਨਾਂ ਨੂੰ ਠੰਡੇ ਪਾਉਣ ਦੀ ਮੇਰੀ ਗੱਲ ਸੁਣੋ, ਆਪਾਂ ਕਮਰੇ 'ਚੋਂ ਨਹੀਂ ਨਿਕਲਦੇ। ਮੈਂ ਨਹੀਂ ਨਿਕਲਦਾ ਕਮਰੇ 'ਚੋਂ, ਮੈਂ ਤਾਂ 2 ਘੰਟੇ ਨੂੰ ਮੰਮੀ ਆਪ ਹੀ ਆ ਗਈ ਫਿਰ ਕਦੀ ਆਪਣੇ ਕੋਲ। ਚੱਲ ਠੀਕ ਹੈ, ਕੋਈ ਨਾ ਫਿਰ ਦੇਖਦੇ ਹਾਂ ਕੀ ਬਣਦਾ। ਹੋਰ ਕੀ ਕਰੀ ਜਾਂਦੇ ਹੋ ਜੀ? ਉਹ ਕੁਛ ਨਹੀਂ ਕਰਦਾ, ਬਸ ਖਾਲ ਘੜਦਾ ਸੀ ਮੈਂ ਤਾਂ। ਮੈਂ ਤਾਂ ਚਾਹ ਲੈ ਕੇ ਆਈ ਸੀ ਜੀ। ਉਰੀ ਆ ਜਾ। ਆ ਗਈ ਆ ਗਈ। ਆ ਜਾ ਆ ਜਾ, ਉਰੀ ਆ ਜਾ। ਆ ਗਈ ਜੀ ਆ ਗਈ। ਇੱਥੇ ਜੀ ਬਹਿ ਜਾ ਯਾਰ, ਬਹਿ ਜਾ। ਅੱਜ ਬਾਲੀ ਲੇਟ ਹੋ ਗਈ ਤੂੰ। ਉਹ ਲੇਟ ਤਾਂ ਹੋਣੇ ਸੀਗਾ, ਘਰੇ ਪਤਾ ਕਿੱਡਾ ਝੱਜੂ ਪਿਆ ਪਿਆ ਹੈ। ਹੁਣ ਕੀ ਹੋ ਗਿਆ, ਕੋਈ ਵਧੀਆ ਸੁਨੇਹਾ ਲੈ ਕੇ ਵੀ ਆ ਜਾ ਕਰੋ। ਮੇਰਾ ਤਾਂ ਜੀ ਕਰਦਾ ਵਧੀਆ ਸੁਨੇਹੇ ਲਿਆਵਾਂ, ਗੱਲ ਕਰ ਕੋਈ ਲਿਆਉਣੀ ਨਹੀਂ ਦਿੰਦਾ। ਹੁਣ ਕੀ ਹੋ ਗਿਆ? ਆਪਣੇ ਘਰੇ ਇੱਕ ਚੀਜ਼ ਪਿੱਛੇ ਕਲੇਸ਼ ਪੈਂਦਾ। ਉਹ ਤਾਂ ਮੈਨੂੰ ਪਤਾ ਹੈ, ਹੁਣ ਕਿਹਨੇ ਪਾ ਲਿਆ ਕਲੇਸ਼? ਮੰਟੂ। ਕਾਹਦੇ ਪਿੱਛੇ? ਉਹ ਹਰਸ ਦੀ ਫੀਸ ਨਹੀਂ ਭਰਨੀ, ਉਹਦੇ ਵਾਸਤੇ ਕਹਿਤਾ ਮਾਂ ਨੇ, ਕਹਿੰਦਾ ਮੈਂ ਤਾਂ ਪੈਸੇ ਦਿੰਦੇ ਹੀ ਕੋਈ ਨਹੀਂ। ਫਿਰ ਉਹਨੂੰ ਕਿਹਨੇ ਕਿਹਾ ਸੀਗਾ? ਉਹ ਮੈਂ ਤਾਂ ਨਹੀਂ ਕਿਹਾ, ਹੁਣ ਮਾਂ ਨੇ ਕਹਿਤਾ। ਫਿਰ ਮਾਂ ਵੀ ਸੱਚੀ ਹੈਗੀ, 6 ਮਹੀਨੇ ਹੋ ਗਏ ਠਿਆਨੀ ਨੂੰ ਦਿੱਤੀ ਉਹਨੇ। ਉਹਨੇ ਕਹਿਤਾ ਵੀ ਭਾਈ 10-15,000 ਰੁਪਇਆ ਤੂੰ ਦੇ ਦੇ, ਬਾਕੀ ਤਾਂ ਬਾਪੂ ਕਹਿੰਦਾ ਸੀ ਮੈਂ ਭਰ ਦੂੰਗਾ। ਹਰਸ਼ ਦੀ ਫੀਸ ਪਿੱਛੇ ਤਾਂ ਉਹ ਕਹਿੰਦੀ ਨਹੀਂ ਹੁੰਦਾ ਯਾਰ। ਕਹਿੰਦਾ ਤਾਂ ਨਹੀਂ, ਪਰ ਹੁਣ ਤਾਂ ਕਹਿਤਾ ਨਾ, ਕਹਿੰਦਾ ਜੰਮੇ ਕੋਈ ਹੋਰ ਤੇ ਪਾਲੇ ਕੋਈ ਹੋਰ, ਇੰਨਾ ਕੁਛ ਬੋਲਿਆ ਜੋ, ਕਹਿੰਦਾ ਮੇਰੇ ਕੀ ਲੱਗਦਾ। ਬੰਟੂ ਨੇ? ਹਾਂ ਬੰਟੂ ਨੇ ਸੁਣਨੀਆਂ ਸੀ ਉਹਦੀਆਂ ਗੱਲਾਂ। ਜੇ ਤੁਸੀਂ ਘਰੇ ਹੁੰਦੇ ਮੈਂ ਕਹਿੰਦੀ ਗਲਮੇ 'ਚ ਹੱਥ ਪਾ ਲੈਂਦੇ ਇੱਕ ਦੂਜੇ ਦੇ, ਇੰਨਾ ਕੁਛ ਬੋਲਦਾ ਸੀ ਉਹ। ਫਿਰ ਅੱਕੇ ਹੋਏ ਮਾਂ ਨੇ ਤੇ ਬਾਪੂ ਨੇ ਵੀ ਕਹਿਤੀ ਗੱਲ, ਕਹਿੰਦੇ ਭਾਈ ਚੱਕ ਕੇ ਚੁੱਲ੍ਹਾ ਆਪਦਾ ਅੱਡ ਹੋ ਜਾ, ਤੇ ਉੱਤੋਂ ਗਗਨ ਇੰਨਾ ਬੋਲੀ, ਕਹਿੰਦੀ ਹਾਂ ਹਾਂ ਸਾਨੂੰ ਤਾਂ ਅੱਡ ਹੀ ਕਰ ਦਿਓ। ਕੀ ਪਤਾ ਭਾਈ ਕੀ ਦਿਮਾਗ ਤੇ ਠੀਕਰਾ ਮੁੱਦਾ ਵੱਜਿਆ ਉਹਨਾਂ ਦੇ। ਠੀਕਰਾ ਮੁੱਦਾ ਤਾਂ ਕਾਹਨੂੰ ਵੱਜਿਆ, ਚਲਾਕ ਨੇ ਉਹਨਾਂ ਨੂੰ, ਆਏ ਆ ਵੀ ਅਸੀਂ ਆਪਦੀ ਤਨਖਾਹ ਦੇ ਪੈਸੇ ਜੋੜੀ ਜਾਈਏ। ਮੈਂ ਤਾਂ ਆਪ ਕਿਹਾ ਮਾਂ ਤੇ ਬਾਪੂ ਨੂੰ ਵੀ ਜੇ ਅੱਡ ਹੁੰਦੇ ਆ ਤਾਂ 20 ਵਾਰੀ ਹੋ ਜਾਣ, ਆਪਾਂ ਕੀ ਆਂਡੇ ਲੈਣੇ ਉਹਨਾਂ ਤੋਂ। ਆ ਬੰਟੂ ਨਾ ਵਿਆਹ ਤੋਂ ਪਹਿਲਾਂ ਇੰਨਾ ਵਧੀਆ ਹੁੰਦਾ ਸੀ, ਸਾਹਾਂ 'ਚ ਸਾਹ ਲੈਂਦਾ ਸੀ, ਪਤੰਦਰ ਨੂੰ ਪਤਾ ਨਹੀਂ ਕੀ ਹੋ ਗਿਆ, ਸਮਝੋ ਬਾਹਰ ਹੈ। ਜਦੋਂ ਛੋਟੇ ਹੁੰਦੇ ਸੀ ਨਾ ਬਾਈ ਬਾਈ ਕਰਦਾ ਫਿਰਦਾ ਹੁੰਦਾ ਸੀ, ਤੇ ਹੁਣ ਪਤੰਦਰ ਨੇ ਕਦੇ ਬੁਲਾਇਆ ਤੱਕ ਵੀ ਨਹੀਂ। ਉਹ ਛੋਟੇ ਹੁੰਦਿਆਂ ਦੀਆਂ ਗੱਲਾਂ ਹੋਰ ਹੁੰਦੀਆਂ, ਜੇ ਵੱਡੇ ਹੋਏ ਉਹ ਜੇ ਰਹਿਣ ਫਿਰ ਗੱਲਾਂ ਕਾਹਦੀਆਂ, ਫਿਰ ਘਰਾਂ 'ਚ ਏਕੇ ਬਣੇ ਨੇ ਰਹਿ ਜਾਣ। ਜਦੋਂ ਆ ਨੌਕਰੀ 'ਤੇ ਜਾਂਦਾ ਹੁੰਦਾ ਸੀ ਨਾ, ਬਾਈ ਮੈਨੂੰ 2,000 ਦੇ ਦੇ, ਬਾਈ ਮੈਨੂੰ 3 ਦੇ ਦੇ, ਕਦੇ ਨਹੀਂ ਮੱਥੇ ਵੱਟ ਪਾਇਆ ਸੀਗਾ ਵੀ ਲੈ ਜਾ ਕੋਈ ਗੱਲ ਨਹੀਂ, ਕਾਹਦੇ ਵਾਸਤੇ ਕਮਾਉਂਦੇ ਆ, ਜੇ ਭਰਾ ਨੌਕਰੀ ਲੱਗ ਜਾਓ ਇਦੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ। ਪਰ ਭਰਾ ਨੇ ਤਾਂ ਨਹੀਂ, ਜਿੱਦਣ ਦਾ ਨੌਕਰੀ 'ਤੇ ਲੱਗਿਆ ਕਦੇ ਠਿਆਨੀ ਦੀ ਹੈਲਪ ਕੀਤੀ, ਐਂ ਕਿਹਾ ਹੋਵੇ ਲੈ ਬਾਈ ਤੇਰੇ ਆ ਚੱਪਲਾਂ ਪੈਰਾਂ 'ਚ ਪਾਈ ਫਿਰਦਾ, ਕੋਈ ਜੁੱਤੇ ਲਿਆਉਣ ਨੂੰ ਪੈਸੇ ਲੈ ਲਾ ਮੈਂ ਇੱਥੋਂ। ਉਹ ਚੱਲ ਚੰਗਾ ਤੂੰ ਵੀ ਚੁੱਪ ਕਰ ਜਾ ਕਰ, ਐਵੇਂ ਨਹੀਂ ਭੜਕਾਈ ਦਾ ਹੁੰਦਾ, ਕੋਈ ਗੱਲ ਨਹੀਂ, ਕਈ ਵਾਰੀ ਹੁੰਦੇ ਹੀ ਨਹੀਂ ਬੰਦੇ ਕੋਲੇ ਪੈਸੇ। ਉਹ ਮੈਂ ਤਾਂ ਕੀ ਲੈਣਾ ਭੜਕਾ ਕੇ, ਮੈਂ ਤਾਂ ਉਹ ਗੱਲ ਕਹਿਣੀ ਹੈਗੀ, ਭੜਕਾਉਣ ਵਾਲੀਆਂ ਗੱਲਾਂ ਕਰਦੇ ਨੇ, ਜੇ ਤੁਸੀਂ ਘਰੇ ਹੋ ਤਾਂ ਤੁਹਾਨੂੰ ਪਤਾ ਲੱਗੇ ਵੀ ਕੀ ਕੁਛ ਕਰਦਾ ਉਹ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ, ਵੀਡੀਓ ਕਿਹੋ ਜਿਹੀ ਲੱਗੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈੱਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।